ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਦਾਸ ਗੁਰਿੰਦਰ ਸਿੰਘ ਜੋ ਅੱਜ ਤੁਹਾਡੇ ਸਾਹਮਣੇ ਵਿਚਾਰ ਪੇਸ਼ ਕਰ ਰਹੇ, ਇਹ ਹੈ ਕਿ ਅੱਜ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਨਾਨਕ ਸ਼ਾਹ ਫਕੀਰ ਦੀ ਫਿਲਮ ਉੱਪਰ ਸਿੱਖ ਪੰਥ ਦੇ ਵਿੱਚ ਬਹੁਤ ਵੱਡਾ ਰੋਸ ਚੱਲ ਰਿਹਾ ਹੈ, ਜਿਸ ਨੂੰ ਲੈ ਕੇ ਥਾਂ ਥਾਂ 'ਤੇ ਵੱਡੇ ਮੁਜ਼ਾਹਰੇ ਕੀਤੇ ਜਾ ਰਹੇ ਹਨ। ਪਰ ਸਾਧ ਸੰਗਤ ਜੀ, ਕਿਸੇ ਨੇ ਇਹ ਨਹੀਂ ਸੋਚਿਆ ਕਿ ਫਿਲਮ ਦਾ ਵਿਰੋਧ ਹੋ ਰਿਹਾ ਅਤੇ ਕਿਉਂ ਹੋ ਰਿਹਾ। ਸਾਧ ਸੰਗਤ ਜੀ, ਜਦੋਂ ਹਰਜਿੰਦਰ ਸਿੰਘ ਸਿੱਕਾ ਨੇ ਅੱਜ ਤੋਂ 3 ਸਾਲ ਪਹਿਲਾਂ ਫਿਲਮ ਬਣਾਉਣ ਬਾਰੇ ਸੋਚਿਆ ਸੀ ਤਾਂ ਉਸਨੇ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਗੀ ਲਈ ਸੀ, ਜਿਸ ਨੂੰ ਪੰਜਾਂ ਸਿੰਘ ਸਾਹਿਬਾਨਾਂ ਨੇ ਅਤੇ ਸ਼੍ਰੋਮਣੀ ਕਮੇਟੀ ਨੇ ਪ੍ਰਵਾਨਗੀ ਦਿੱਤੀ ਸੀ। ਪ੍ਰਵਾਨਗੀ ਲੈਣ ਉਪਰੰਤ ਉਸ ਬੰਦੇ ਵੱਲੋਂ ਫਿਲਮ ਬਣਾਉਣੀ ਸ਼ੁਰੂ ਕੀਤੀ ਗਈ ਹੈ। ਫਿਲਮ ਬਣਾ ਕੇ ਵੀ ਉਸ ਵੱਲੋਂ ਅਕਾਲ ਤਖਤ ਨੂੰ ਸੀਡੀ ਭੇਜੀ ਗਈ ਫਿਲਮ ਦੇਖ ਕੇ ਦੱਸਿਆ ਜਾਵੇ। ਪਰ ਸਤਿਕਾਰਯੋਗ ਸਾਧ ਸੰਗਤ ਜੀ, ਅਕਾਲ ਤਖਤ ਨੇ ਅਤੇ ਪੰਜਾਂ ਸਿੰਘ ਸਾਹਿਬਾਨਾਂ ਨੇ ਉਸ ਫਿਲਮ ਨੂੰ ਪ੍ਰਵਾਨਗੀ ਦੇ ਦਿੱਤੀ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਇਸ ਫਿਲਮ ਨੂੰ ਪ੍ਰਵਾਨਗੀ ਕਰ ਦਿੱਤੀ ਗਈ ਹੈ ਮਹਾਰਾਜ ਜੀ। ਪਰ ਆਪ ਜੀ ਸੋਚੋ ਵੀ ਉਸ ਬੰਦੇ ਨੇ 5 ਕਰੋੜ ਰੁਪਇਆ ਫਿਲਮ ਉੱਪਰ ਲਗਾਇਆ ਗਿਆ ਜਾਂ ਇਸ ਤੋਂ ਵੱਧ ਪੈਸਾ ਲੱਗਿਆ ਹੋਵੇਗਾ, ਆਪਾਂ ਨੂੰ ਨਹੀਂ ਪਤਾ। ਪਰ ਤੁਸੀਂ ਦੇਖੋ ਵੀ ਉਸ ਬੰਦੇ ਨੇ ਸਭ ਕੁਝ ਗਹਿਣੇ ਕਰਕੇ ਆਪਦਾ ਕਰਜ਼ਾ ਚੱਕ ਕੇ ਫਿਲਮ ਬਣਾਈ ਹੈ, ਠੀਕ ਹੈ। ਫਿਲਮ ਨਹੀਂ ਲੱਗਣੀ ਚਾਹੀਦੀ, ਮੰਨਦੇ ਹਾਂ ਵੀ ਆਪਾਂ ਨੂੰ ਸਿੱਖ ਧਰਮ ਦੇ ਵਿੱਚ ਫਿਲਮ ਨਾ ਤਾਂ ਅੱਜ ਤੱਕ ਬਣੀ ਹੈ ਅਤੇ ਨਾ ਹੀ ਬਣੇਗੀ। ਗੁਰੂ ਨਾਨਕ ਦੇਵ ਜੀ ਸ਼ਖਸੀਅਤ ਹੀ ਇਹੋ ਜਿਹੀ ਹੈ ਵੀ ਬਸ ਸਭ ਕੁਝ ਉਹ ਆਪਣੇ, ਉਹਨਾਂ ਵਰਗਾ ਦੂਜਾ ਨਹੀਂ ਕੋਈ ਪੈਦਾ ਹੋਇਆ। ਪਰ ਸਾਧ ਸੰਗਤ ਜੀ, ਤੁਸੀਂ ਧਰਨੇ ਨੂੰ ਲਾਓ, ਤੁਸੀਂ ਅਕਾਲ ਤਖਤ ਸਾਹਿਬ ਨੂੰ ਅਤੇ ਸ਼੍ਰੋਮਣੀ ਕਮੇਟੀ ਨੂੰ ਪੱਤਰ ਲਿਖੋ ਵੀ ਜੋ ਵੀ ਉਸਦਾ ਖਰਚਾ ਆਇਆ ਨਾ, ਦਿੱਲੀ ਕਮੇਟੀ ਨੂੰ ਵੀ ਚਾਹੀਦਾ ਵੀ ਜੋ ਵੀ ਉਸ ਫਿਲਮ ਦਾ ਖਰਚਾ ਆਇਆ ਹੈ ਉਸ ਬੰਦੇ ਨੂੰ ਖਰਚਾ ਦੇ ਕੇ ਉਸ ਤੋਂ ਉਸਦੀ ਫਿਲਮ ਦੀ ਸਾਰੀ ਸਟੋਰੀ ਆ ਜਾਂ ਸਾਰਾ ਡਾਟਾ ਹੈ ਉਸ ਤੋਂ ਲੈ ਲਿਆ ਜਾਵੇ ਅਤੇ ਡਾਟਾ ਲੈਣ ਉਪਰੰਤ ਉਹ ਸਾਰਾ ਡਾਟਾ ਸ਼੍ਰੋਮਣੀ ਕਮੇਟੀ ਦੇ ਜਾਂ ਪੰਜਾਂ ਤਖਤੇਦਾਰਾਂ ਦੇ ਕਬਜ਼ੇ ਵਿੱਚ ਆ ਜਾਵੇਗਾ। ਡਾਟਾ ਡੀਟ ਮਾਰ ਦਿਓ, ਫਿਲਮ ਦਾ ਸਿਆਪੇ ਨਿਬੜ ਜਾਏਗਾ। ਕਿਉਂ ਆਪਾਂ ਵਾਰੀ ਵਾਰੀ ਕਲੇਸ ਕਰਦੇ ਹਾਂ, ਅੱਜ ਤੋਂ ਸਾਲ ਪਹਿਲਾਂ ਵੀ ਇਹੀ ਕਲੇਸ ਹੋਇਆ ਹੋਇਆ ਸੀ ਵੀ ਫਿਲਮ ਨਾ ਚੱਲੇ, ਉਦੋਂ ਫਿਲਮ ਬੈਨ ਲੱਗ ਗਈ ਅਤੇ ਹੁਣ ਦੁਬਾਰਾ ਫਿਰ ਉਹੀ ਵਿਵਾਦ ਵਾਰ ਹੋ ਗਿਆ ਕਿ ਪੰਥ ਦੇ ਵਿੱਚ ਝਗੜਾ ਹੋ ਰਿਹਾ। ਕੱਲ੍ਹ ਨੂੰ ਫਿਲਮ ਰਿਲੀਜ਼ ਹੋ ਰਹੀ ਹੈ, ਫਿਲਮ ਲੱਗੇਗੀ ਤਾਂ ਸਿੱਖ ਪੰਥ ਵਿੱਚ ਬਹੁਤ ਵੱਡਾ ਕਤਲੇਆਮ ਹੋ ਸਕਦਾ ਵੀ ਸਿੱਖ ਸਿਨੇਮੇ ਨੂੰ ਅੱਗ ਲਾਉਣਗੇ, ਆਪਸ ਵਿੱਚ ਲੜਨਗੇ। ਜਿਨ੍ਹਾਂ ਨੂੰ ਲੜਨਗੇ ਉਹ ਵੀ ਸਿੱਖ ਹੈ, ਸਿਨੇਮੇ ਕਿਹੜਾ ਬਗਾਨਿਆਂ ਦੇ ਜਾਂ ਸਿਨੇਮੇ ਕੋਈ ਬਾਹਰੋਂ ਆ ਕੇ ਬਣਾ ਰਹੇ ਆ। ਪੰਜਾਬ ਦੇ ਸਿਨੇਮੇ ਬਣੇ ਆ ਤਾਂ ਆਪਣੇ ਸਿੱਖਾਂ ਦੇ ਨੇ ਜਾਂ ਆਪਣੇ ਕੋਈ ਹੋਰ ਵੀਰ ਭਾਈ ਨੇ ਜਿਨ੍ਹਾਂ ਦੇ ਸਿਨੇਮੇ ਨੇ, ਸਿਨੇਮੇ ਸਾੜਾਂਗੇ, ਆਪਸ 'ਚ ਦੰਗਾ ਫਸਾਦ ਕਰਾਂਗੇ। ਸਰਕਾਰਾਂ ਚਾਹੁੰਦੀਆਂ ਨੇ ਇਹ ਵੀ ਸਿੱਖ ਲੜਨ, ਸਾਨੂੰ ਕੋਈ ਮੌਕਾ ਮਿਲੇ ਇਹਨਾਂ ਨੂੰ ਕਮਜ਼ੋਰ ਕਰਨ ਦਾ। ਸਾਧ ਸੰਗਤ ਜੀ, ਸ਼ਾਂਤੀ ਬਣਾਓ, ਲੜਨ ਦਾ ਕੋਈ ਤੁੱਕ ਨਹੀਂ। ਆਪ ਜੀ ਸ਼੍ਰੋਮਣੀ ਕਮੇਟੀ ਨੂੰ, ਪੰਜਾਂ ਸਿੰਘ ਸਾਹਿਬਾਨਾਂ ਨੂੰ ਅਤੇ ਦਿੱਲੀ ਕਮੇਟੀ ਨੂੰ ਵੀ ਇਹ ਚਾਹੀਦਾ ਵੀ ਇਸ ਫਿਲਮ ਦੇ ਉੱਪਰ ਜੋ ਵੀ ਉਹਦਾ ਖਰਚਾ ਆਇਆ ਉਹਨੂੰ ਖਰਚਾ ਦੇ ਕੇ ਇਸ ਵਿਵਾਦ ਨੂੰ ਨਿਬੇੜਿਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।